ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ, ਸਨਮਾਨਯੋਗ ਮੰਚ, ਬਾਕੀ ਸਭ ਲੋਕ ਜੋ ਯਹਾਂ ਜਮ੍ਹਾਂ ਹੈ, ਵੋ ਮੇਰੀ ਪਗੜੀ ਕੇ ਲੜ ਹੈ, ਵੋ ਸਭ ਸਨਮਾਨਯੋਗ ਹੈ। ਮੈਂ ਜਬ ਬਾਬਾ ਨਾਨਕ ਕੀ ਇਸ ਮੁਕੱਦਸ ਜਗ੍ਹਾ ਕੀ ਤਰਫ ਬੜਾ ਥਾ, ਪਾਕਿਸਤਾਨ ਮੇਂ ਆਇਆ ਥਾ, ਤੋ ਸਬਸੇ ਪਹਿਲੇ ਉਨ੍ਹੀਂ ਕੀ ਫਿਲਾਸਫੀ, ਉਨ੍ਹੀਂ ਕੀ ਵਿਚਾਰਧਾਰਾ ਕਾ ਇੱਕ ਆਗਾਜ਼ ਹੁਆ ਥਾ। ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ, ਹੱਸਦਾ ਵੱਸਦਾ ਇਹ ਸਾਰਾ ਜਹਾਨ ਜੀਵੇ, ਧਰਤੀ ਪੌਣ ਪਾਣੀ, ਬੂਟੇ ਜੀਵ ਪ੍ਰਾਣੀ, ਸੂਰਜ ਚੰਨ ਸਿਤਾਰੇ, ਇਹ ਸਾਰਾ ਅਸਮਾਨ ਜੀਵੇ, ਜੀਵੇ ਰਹਿਮ ਹਰ ਇਨਸਾਨ ਦੇ ਦਿਲ ਦੇ ਅੰਦਰ, ਤੇ ਸ਼ਾਨ ਬਾਨ ਆਨ ਦੇ ਨਾਲ ਹਰ ਇਨਸਾਨ ਜੀਵੇ, ਤੇ ਪਿਆਰ ਅਮਨ ਖੁਸ਼ਹਾਲੀ ਦਾ ਰੂਪ ਬਣ ਕੇ ਮੇਰਾ ਯਾਰ ਦਿਲਦਾਰ ਇਮਰਾਨ ਖਾਨ ਜੀਵੇ। ਕੋਈ ਡਰ ਨਹੀਂ, ਕੋਈ ਵਹਿਮ ਨਹੀਂ। ਨਾਨਕ ਸ਼ਾਹ ਫਕੀਰ, ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ, ਹਿੰਦੁਸਤਾਨ ਦਾ ਕੌਂਸਟੀਟਿਊਸ਼ਨ ਕਹਿੰਦਾ ਨੋ ਡਿਸਕ੍ਰਿਮੀਨੇਸ਼ਨ ਔਨ ਦ ਬੇਸਿਸ ਆਫ ਕਾਸਟ, ਕਲਰ ਐਂਡ ਕ੍ਰੀਡ। ਬਾਬਾ ਨਾਨਕ 550 ਸਾਲ ਪਹਿਲਾਂ ਕਹਿ ਗਏ, ਲੇਕਿਨ ਕੋਈ ਜ਼ਰੀਆ ਬਣਦਾ, ਕੋਈ ਫਰਿਸ਼ਤਾ ਆਉਂਦਾ ਔਰ 71 ਸਾਲ ਦੀ ਇੰਤਜ਼ਾਰ ਨੂੰ ਪਲਾਂ ਦੇ ਵਿੱਚ ਮਿਟਾਉਂਦਾ ਔਰ ਉਹ ਯਾਰੀ ਵੀ ਨਿਭਾਉਂਦਾ ਹੈ। ਲਓ ਸੁਣ ਲਓ, ਕੋਈ ਡਰ ਨਹੀਂ, ਕੋਈ ਭੈ ਨਹੀਂ। ਆਈ ਲਿਵ ਇਨ ਦ ਸਪੇਸ ਵੇਅਰ ਦ ਮਾਈਂਡ ਇਜ਼ ਵਿਦਆਊਟ ਫੇਅਰ ਐਂਡ ਦ ਹੈਡ ਇਜ਼ ਹੈਲਡ ਹਾਈ। ਉਹਦੇ ਨਾਲ ਯਾਰੀ ਕਦੇ ਨਾ ਲਾਈਏ ਜਿਹਨੂੰ ਆਪਣੇ ਉੱਤੇ ਗਰੂਰ ਹੋਵੇ। ਮਾਂ ਬਾਪ ਨੂੰ ਬੁਰਾ ਕਦੇ ਨਾ ਆਖੀਏ, ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ। ਬੁਰੇ ਰਸਤੇ ਕਦੇ ਨਾ ਜਾਈਏ, ਭਾਵੇਂ ਮੰਜ਼ਿਲ ਕਿੰਨੀ ਵੀ ਦੂਰ ਹੋਵੇ। ਉਹ ਬੁੱਲੇ ਸ਼ਾਹ ਮੁਹੱਬਤਾਂ ਉੱਥੇ ਪਾਈਏ ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ, ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ। ਇਹ ਪਿਆਰ ਨਿਭਾਇਆ, ਸ੍ਰਿਸ਼ਟੀ ਨੂੰ ਅਗਰ ਬਦਲਣਾ ਤੇ ਦ੍ਰਿਸ਼ਟੀ ਨੂੰ ਬਦਲਣਾ ਪਏਗਾ, ਸੋਚ ਨੂੰ ਬਦਲਣਾ ਪਏਗਾ। ਹੰਸ ਔਰ ਬਗਲਾ ਮਾਨਸਰੋਵਰ ਮੇਂ ਇਕੱਠੇ ਰਹਿਤੇ ਹੈ, ਹੰਸ ਮੋਤੀ ਖੋਜਤਾ ਹੈ ਔਰ ਬਗਲਾ ਮਛਲੀਆਂ ਖੋਜਤਾ ਹੈ, ਦੋਨੋਂ ਕੀ ਸੋਚ ਮੇਂ ਅੰਤਰ ਹੈ ਔਰ ਇਹ ਸੋਚ ਹੀ ਬਣਾਤੀ ਹੈ ਇਨਸਾਨ ਕੋ। ਲਓ ਇੱਕ ਹੋਰ ਛੱਡਦਾ ਮੈਂ ਉਸ ਯਾਰੀ ਦੇ ਨਾਂ ਦੇ ਉੱਤੇ, ਇੱਕ ਹੋਰ ਜਿਹੜਾ ਯਾਰ ਨਾ ਦੇਖੇ ਐਬਾਂ ਨੂੰ, ਉਹ ਯਾਰ ਮੁਬਾਰਕ ਹੁੰਦਾ ਏ। ਜਿਸ ਪਿਆਰ ਚ ਭੋਰਾ ਗਰਜ਼ ਨਹੀਂ, ਉਹ ਪਿਆਰ ਮੁਬਾਰਕ ਹੁੰਦਾ ਏ। ਕਿ ਲੈਣਾ ਉੱਚੇ ਮਹਿਲਾਂ ਤੋਂ, ਕੀ ਦੇਣਾ ਸ਼ਿਖਰ ਮਨਾਰਾ ਨੇ। ਜਿਸ ਦਰ ਤੇ ਝੋਲੀ ਭਰ ਜਾਏ, ਉਹ ਦੁਆਰ ਮੁਬਾਰਕ ਹੁੰਦਾ ਏ, ਉਹ ਦੁਆਰ ਮੁਬਾਰਕ ਹੁੰਦਾ ਏ। ਸਾਡੀਆਂ ਝੋਲੀਆਂ ਭਰਤੀਆਂ, ਸਾਡੀ ਕਾਇਨਾਤ ਸਾਡੀ ਝੋਲੀ ਚ ਪਾਤੀ, ਤਮਾਮ 7-10 ਜਨਮ ਅਗਰ ਲੱਗੇ ਰਹਿੰਦੇ ਤੇ ਆਪਣੀ ਜੜ ਨਾਲ ਨਹੀਂ ਸੀ ਜੁੜ ਸਕਦੇ। ਮੇਰੇ ਮਾਂ ਪਿਓ ਉਸ ਮਿੱਟੀ ਨੂੰ ਚੁੰਮ ਕੇ ਅੱਖਾਂ ਭਰ ਕੇ ਵਾਪਸ ਚਲੇ ਜਾਂਦੇ ਸੀ। ਮੇਰੇ ਜਿੰਨੇ ਕਿੰਨੇ ਹੀ ਹੋਰ ਲੋਕਾਂ ਦੇ ਮਾਂ ਪਿਓ, ਕਿੰਨੇ ਹੀ ਹੋਰ ਐਸੇ ਲੋਕ ਇਸੇ ਤਰ੍ਹਾਂ ਅੱਖਾਂ ਭਰ ਕੇ ਵਾਪਸ ਜਾਂਦੇ ਰਹੇ ਸਾਡੀ ਜੜ ਦੇ ਨਾਲ ਜੋੜਨ ਲਈ। ਸਾਡੇ ਵਾਸਤੇ ਇਹ ਪੁੰਨ ਕਰਮ ਕਰਨ ਲਈ ਭਾਰਤ ਸਰਕਾਰ ਹੋਵੇ, ਚਾਹੇ ਇਮਰਾਨ ਖਾਨ ਸਾਹਿਬ ਹੋਣ, ਉਹਨਾਂ ਨੇ ਫਰਜ਼ ਨਿਭਾਏ ਹੈ। ਧਰਮ ਨੂੰ ਕਦੇ ਵੀ ਸਿਆਸਤ ਔਰ ਆਤੰਕ ਦੇ ਚਸ਼ਮੇ ਦੇ ਨਾਲ ਕਦੇ ਨਾ ਦੇਖੋ, ਕਿਉਂਕਿ ਕੌਮ ਦਾ ਕੋਈ ਵੀ ਵਾਰਿਸ ਆਪਣੇ ਪਿਤਾ ਆਪਣੇ ਜਨਕ ਦੇ ਦਰਵਾਜ਼ੇ ਦੇ ਉੱਤੇ ਨਾ ਸਕੇ। ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੈ, ਇਹ ਕਿਹੜੇ ਸ਼ਾਸਤਰ ਦੇ ਵਿੱਚ ਲਿਖਿਆ ਹੈ ਕਿ ਅਗਰ ਮੈਂ ਆਪਣੇ ਮਹਿਰਮ ਬਾਬਾ ਨਾਨਕ ਦੇ ਦਰ ਦੇ ਉੱਤੇ ਜਾਣਾ ਹੋਵੇ ਤੇ ਮੈਨੂੰ ਜਾਣ ਨਾ ਦਿੱਤਾ ਜਾਵੇ। ਇਸ ਕਰਕੇ ਮੈਂ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ 5 ਵਾਰ ਦੇ ਨਮਾਜ਼ੀ ਹੋ ਸਾਹਿਬ, 5 ਵਾਰ ਨਮਾਜ਼ ਪੜ੍ਹਦੇ ਹੋ, ਅਸੀਂ ਵੀ 2 ਵਾਰ ਅਰਦਾਸ ਕਰਦੇ ਹਾਂ। ਲੇਕਿਨ ਜਦੋਂ ਅਰਦਾਸ ਕਰਦੇ ਹਾਂ, ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ
तेरे पाने सरबत दा भला, अपने तो पहला असी तुहाडा भला मंगदे आ यारो, तुहाडा भला मंगदे आ। यही बाबा नानक दी फिलोसफी है। बाबा नानक दी फिलोसफी जोड़दी है, ये तोड़न वाली नहीं, ये आपसी भाईचारे दी आवाज करदी है। अव्वल अल्लाह नूर उपाया कुदरत दे सब बंदे, एक नूर ते सब जग उपजा, कौन भले को मंदे। ये खून खराबा बंद होना चाहिए, अमन वापस आना चाहिए, मामा दे पुत नहीं उजड़ने चाहिए। डुल्ला कीड़ियां दा लख मन आटा, डुल्ला कीड़ियां दा लख मन आटा, मामा दे इन्ने पुत डिग पए, पैंदा मामा नूं तां दोही बन्नी घाटा, हारे जा कोई जंग जित जाए। बहुत नुकसान हो गया साहब, बहुत नुकसान हो गया, बहुत खून खराबा हो गया बलदे जंगलां दे उत्ते। हुण फिर कोई पानी पाउण वाला होना चाहिए, कोई इस अग नूं मिटाउण वाला होना चाहिए। मैं इस कोरीडोर नूं एक बहुत वड्डी संभावना देखदा, यह कोरीडोर जोड़न वाला है, यह लोगों के दिल मिलाउण वाला है, ये दिलों के दरवाजे खोलण वाला है, ये संपर्क कराउण वाला है। जदों कॉन्टैक्ट टुटदा है, संपर्क टुटदा है, तो संदेह पैदा हुंदा है, और संदेह के तरातल के उत्ते आत्मविश्वास पिघल जाता है। बड़ी देर का यह संपर्क टुटिया होया सी, और मैं शुक्रगुजार हाँ हिंदुस्तान की सरकार का और वजीर आजम इमरान खान साहब का कि जिन्हें दोबारा ये संपर्क बनाया है। और मैं लिख के कहना और डंके की चोट के उत्ते कहना कि जब भी करतारपुर साहब के इस लांगे का इतिहास लिखा जाएगा, खान साहब जब भी इस करतारपुर के लांगे का इतिहास लिखा जाएगा, पहले पन्ने पे, पहले हर्फ पे आपका नाम लिखा जाएगा। ये चमत्कार है, ये चमत्कार है कि जो 71 साल दे विच नहीं होया, वो 3 महीनों दे विच किदां हो गया। बंदा वो चंगा जिहड़ा वचन दा पक्का, मेरे गुरु गोबिंद सिंह पातशाह ने कहा, और पहली पातशाही और 10वीं पातशाही आपस च जुड़े हुए ने, बंदा वो चंगा जिहड़ा वचन दा पक्का, ते औरत वो चंगी जिहदियां अखां दे विच शर्म ते हया हुंदी। वचन निभाए वजीर आजम साहब, तुसीं वी तुहाडे जरनैलां ने वी, सब ने करनैलां ने भी, मैं तुहानूं वधाई दिंदा, और हिंदुस्तान की सरकार ने उहदा इस्तकबाल कीता। दोनों हत्थां दे नाल ताड़ी वजदी है, दो खंभां दे नाल उड़ान हुंदी है। इट टेक्स टू टू टैंगो। दोनों ही वधाई दे पात्र हो, दोनों ही इतिहास दे लिखारी हो। खान साहब ये दिन खास है, ये 12 करोड़ नानक नाम लेवा दा विश्वास है, और सच पुछो ये जिउंदा जागदा इतिहास है, ये जिउंदा जागदा इतिहास है। दो पंजाब टुटे, दिल टुटे, असी झेलिया, असी औखा कटिया, असी औकड़ा कटिया, मामा दे पुत सब तो वड्डा बोझ दुनिया का, किसी पिता दे कनेड़ियां दे उत्ते उहदे बेटे का जनाजा, ऐसे कई जनाजे उठे। अज वक्त है कि वह विछड़े पंजाब, वह पासे हुए पंजाब, जिन्हां दे बॉर्डरां दे उत्ते ताले लाते, कोई ऐसी चाबी आवे इमरान खान साहब वर्गी कि वह ताले खुल जा, सिम सिम करके खुल जान, और बरकत ही बरकत आवे। खान साहब हिंदुस्तान दियां सरकारां नूं तुहानू एको ही इल्तजा कर रहा मैं, अज ना रोकी मित्रा, अज 2 मिनट बोल लैन दे मैनू, अज ना रोकी, चलो कोई बात नहीं, मैं जल्दी खत्म करता हूं। दोनों सरकारों को यह एहसास होना चाहिए कि हमें आगे बढ़ना चाहिए। ये बॉर्डर अगर खुलेंगे, पंजाब मेल चलती थी, मेरे पिता मुझे कहा करते थे पंजाब मेल चलती थी और लाहौर में आके रुक जाती थी, वो लाहौर से आगे पेशावर जा सकती है, पेशावर से आगे अफगानिस्तान जा सकती है, मॉस्को जा सकती है। साहब आपकी सब्जियां, आपकी सब्जियां, आपके चावल, आपकी गोभी वो ब्रसल्स तक जा सकती है। अब तो वो वहां ब्रोकली और ब्रसल्स स्प्राउट खाते हैं, क्यों खाते हैं, यहां से सब कुछ जाना चाहिए। ये मेरी उम्मीद है, ये मेरा सपना है, और मैं इस सपने के साथ आपको ये विश्वास दिलाता हूं कि जब तक इन रगों में लहू रहेगा, जब तक इन धमनियों में लहू बहता रहेगा,
मैं आप दोनों सरकारों का शुक्र अदा करता रहूंगा, आपके आगे झुक के इस बात का इस्तकबाल करता रहूंगा, जिना रहा उत्ते बाबा नानक, जिना उत्ते तुरिया, जिना रहा उत्ते तुरिया बाबा नानक सब दा सांझा। अज अरदास कबूल होई ते खुलिया ए लांगा, आओ यारो दर्शन पालो, रहे न कोई वांझा, रहे न कोई वांझा। इन्हां ही शब्दां दे नाल मैं फिर सब दा धन्नवाद करदा, रिणिया मेरे एक एक रोम दे अगर करोड़ करोड़ जबान लगे ते मैं तुहाडा धन्नवाद नहीं कर सकदा। हाँ इन्ना जरूर कहना कि गुरु नानक दे बोलां नूं हमेशा याद रखांगे ते शेख फरीद दी अजमत सदा आबाद रखांगे। जो मरकज है इबादत दा, सुनेहा है मुहब्बत दा, ते एक सुपना है बड़ी मुद्दत दा, मुरीदा ने मुरीदा नूं जो मुर्शद दी मेहर तक लै जावे, असी उस प्यार दे लांगे दी अज बुनियाद रखांगे। बहुत बहुत धन्नवाद सर, बहुत बहुत शुक्रिया, बात खत्म खटैक। बहुत बहुत शुक्रिया सिद्धू पाजी, मिनिस्टर फॉर लोक।